ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਕਾਦੀਆਂ। ਦੋਸਤੋ, ਇਹਨਾਂ ਦਿਨਾਂ ਵਿੱਚ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਦਿੱਲੀ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫਰੀ ਆਫ ਕੋਸਟ ਅਨਾਊਂਸ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਉਂ ਨਹੀਂ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ ਅਜਿਹਾ ਕਦਮ ਕਿਉਂ ਨਹੀਂ ਚੱਕਿਆ? ਕੀ ਅਰਵਿੰਦ ਕੇਜਰੀਵਾਲ ਵੱਲੋਂ ਚੁੱਕੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ ਜਾਂ ਫਿਰ ਇਹ ਇੱਕ ਅਰਾਜਨੀਤੀ ਹੈ? ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਜਥੇਦਾਰ ਬਖਸ਼ੀਸ਼ ਸਿੰਘ ਕਾਦੀਆਂ, ਜੋ ਧਰਮੀ ਫੌਜੀ ਸੰਸਥਾ ਦੇ ਸੇਵਾਦਾਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਉਹ ਕੀ ਸੋਚਦੇ ਨੇ। ਬਖਸ਼ੀਸ਼ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਧੰਨਵਾਦ ਜੀ ਭਾਈ ਖਾਲਸਾ ਭਾਈ ਫਤਿਹ ਜੀ। ਦਿੱਲੀ ਸਰਕਾਰ ਨੇ ਤਾਂ ਫ੍ਰੀ ਕਰ ਦਿੱਤੀ ਯਾਤਰਾ ਵਾਸਤੇ ਅਨਾਊਂਸਮੈਂਟ। ਦਿੱਲੀ ਸਰਕਾਰ ਨੇ ਸਿਰਫ ਦਿੱਲੀ ਵਾਸਤੇ ਕੀਤੀ ਕਿ ਆਲ ਰਾਊਂਡਰ? ਉਹਨੇ ਤਾਂ ਮੇਰੇ ਹਿਸਾਬ ਨਾਲ ਜਿੱਥੋਂ ਵੀ ਮਰਜ਼ੀ ਹੋਵੇ ਕਹਿੰਦੇ ਜਾ ਸਕਦੇ ਨੇ। ਥੈਂਕ ਯੂ ਭਾਈ ਖਾਲਸਾ ਭਾਈ ਫਤਿਹ। ਮੈਂ ਬਖਸ਼ੀਸ਼ ਸਿੰਘ ਕਾਦੀਆਂ, ਸ਼੍ਰੋਮਣੀ ਕਮੇਟੀ ਦੇ ਵਿੱਚ ਨੁਮਾਇੰਦਾ, ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ, ਸ਼੍ਰੋਮਣੀ ਕਮੇਟੀ ਨੂੰ ਹੀ ਇਹ ਚਾਹੀਦਾ ਸੀਗਾ ਕਿ ਜਿਹੜੇ ਫੀਸ $20 ਲੱਗੀ ਏ, ਲੌਂਗੋਵਾਲ ਚਾਹੀਦਾ, ਲੌਂਗੋਵਾਲ ਜੀ ਨੂੰ, ਪ੍ਰਧਾਨ ਜੀ ਨੂੰ ਦਿਲ ਖੁੱਲ ਕੇ ਕਹਿ ਦੇਣਾ ਚਾਹੀਦਾ ਸੀ ਵੀ ਜੇ ਅਗਰ ਇਮਰਾਨ ਖਾਨ ਪਾਕਿਸਤਾਨ ਵਾਲੇ ਨਹੀਂ $20 ਫੀਸ ਮਾਫ਼ ਕਰਦੇ ਤੇ ਉਹ ਸ਼੍ਰੋਮਣੀ ਕਮੇਟੀ ਭੁਗਤਾ ਕਰੇਗੀ ਜੀ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕੋਲੋਂ ਜਦੋਂ ਕੋਈ ਜਥਾ ਜਾਣਾ, ਪਹਿਲੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਲੋਕੀ ਕਰਤਾਰਪੁਰ ਸਾਹਿਬ ਨੂੰ ਜਾਣਗੇ। ਪਹਿਲਾ ਸਵਾਲ ਤੇ ਇਹ। ਦੂਜਾ ਸਵਾਲ ਇਹ ਕਿ ਰੰਧਾਵਾ ਜੀ ਕਹਿ ਰਹੇ ਆ ਕਿ 72 ਲੱਖ 62 ਲੱਖ ਰੁਪਇਆ ਜਿਹੜਾ ਆ ਰੋਜ ਦੇ ਯਾਤਰੂਆਂ ਦਾ, ਇਹ ਸਰਕਾਰ ਪੇ ਨਹੀਂ ਕਰ ਸਕਦੀ ਹਿੰਦੂ ਆਪਣੀ ਪੰਜਾਬ ਸਰਕਾਰ, ਕਿਉਂਕਿ ਸਰਕਾਰ ਕੋ ਖਜ਼ਾਨੇ ਦੀ ਦਵਾਈ ਦੇ ਰਹੇ ਆ ਜੀ। ਖਜ਼ਾਨੇ ਦੀ ਦਵਾਈ ਦੇਣ ਦੇ ਕਾਰਨ ਇਹਨਾਂ ਕੋਲ ਤੇ ਆਪਣੀਆਂ ਕੈਪਟਨ ਸਾਹਿਬ ਕੋਲੋਂ ਤੇ ਤਨਖਾਹਾਂ ਨੀ ਦਿੱਤੀਆਂ ਜਾ ਰਹੀਆਂ ਪੰਜਾਬ ਪੁਲਿਸ ਨੂੰ, ਜਾਂ ਜਿਹੜੀਆਂ ਇੰਨੀਆਂ ਦਸਤਾ ਆ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ, ਇਹ ਜਿਹੜੀ BSF ਆਈ ਏ, ਇਹਦਾ ਵੀ ਖਰਚਾ ਇਹਨਾਂ ਨੂੰ ਪੈ ਗਿਆ। ਬਿਲਕੁਲ, ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਪੰਜਾਬ ਸਰਕਾਰ ਕੋਲੋਂ ਚੜ੍ਹਨ ਦਾ ਕੋਈ ਪੈਸਾ ਨਹੀਂ ਤੇ ਉਹ ਟੈਕਸ ਹੀ ਲਾਏਗੀ ਜੇ ਦੇਗੀ ਤੇ। ਬਿਲਕੁਲ, ਇਹ ਉਹ ਅੱਜ ਕੈਬਨ ਦੀ ਕੱਲ ਮੀਟਿੰਗ ਹੈ ਇੱਥੇ ਆਪਣੇ ਬਟਾਲੇ ਦੇ ਵਿੱਚ, ਸ਼ਾਇਦ ਉਹ ਇਹੋ ਜਿਹਾ ਫੈਸਲਾ ਕਰੇਗੀ, ਪਰ ਉਹ ਟੈਕਸ ਲਾਏਗੀ, ਸੜਕਾਂ ਤੇ ਟੈਕਸ ਲਾ ਦੂਗੀ, ਜਜਵਾ ਟੈਕਸ ਉਧਰੋਂ ਹਟੇਗਾ ਇੱਧਰ ਲੱਗ ਜਾਏਗਾ। ਮੈਂ ਸੋਚਦਾ ਤੇ ਜਿਹੜੀ ਦਿੱਲੀ ਕਮੇਟੀ ਨੇ, ਦਿੱਲੀ ਸਰਕਾਰ ਨੇ ਜੀ, ਦਿੱਲੀ ਸਰਕਾਰ ਨੇ ਮੋਦੀ ਜੀ ਨੇ ਆਪਣੇ ਨੇ ਕੇਜਰੀਵਾਲ ਜੀ ਨੇ ਜੀ ਅਰਜਨ ਕੇਜਰੀਵਾਲ ਜੀ ਨੇ ਪਹਿਲ ਕੀਤੀ ਏ, ਇਹਦੀ ਸ਼ਲਾਘਾ ਕਰਨੀ ਚਾਹੀਦੀ ਏ ਤੇ ਸਿੱਖ ਕੌਮ ਨੂੰ ਸਾਰਿਆਂ ਨੂੰ ਚਾਹੀਦਾ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਫਿਟਕ ਪਾਉਣੀ ਚਾਹੀਦੀ ਏ। ਲੇਕਿਨ ਜਥੇਦਾਰ ਜੀ, ਅੱਜ ਅਰਵਿੰਦ ਕੇਜਰੀਵਾਲ ਮਤਲਬ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਕਿ ਕੇਜਰੀਵਾਲ ਸਾਹਿਬ ਨੇ ਏਡਾ ਵੱਡਾ ਕੰਮ ਕਰ ਦਿੱਤਾ ਪੰਜਾਬ ਦੇ ਵਿੱਚ, ਮੌਜੂਦਾ ਸਰਕਾਰ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਕਿਉਂ ਨਹੀਂ ਕੀਤਾ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ, ਇਹ ਦੋਵੇਂ ਇੱਕੋ ਚੱਠੇ ਵੱਟੇ ਆ, ਇੱਕੋ ਪਹਿਲੂ ਨੇ। ਜੇ ਸੁਖਬੀਰ ਬਾਦਲ ਕਹਿ ਦੇਵੇ ਸ਼੍ਰੋਮਣੀ ਕਮੇਟੀ ਨੂੰ ਵੀ ਟੈਕਸ ਜਿਹੜਾ ਲੱਗਾ ਆ ਸਾਨੂੰ $20 ਇਹ ਸ਼੍ਰੋਮਣੀ ਕਮੇਟੀ ਦੇਵੇਗੀ ਤੇ ਸ਼੍ਰੋਮਣੀ ਕਮੇਟੀ ਫੇਰ ਦਊਗੀ ਮਤਾ ਪਾ ਕੇ, ਪਰ ਸ਼੍ਰੋਮਣੀ ਕਮੇਟੀ ਵੀ ਜਿਹੜੀ ਹੈ ਇਹ ਸਿਰਫ
ਇੰਨੇ ਕਰੋੜ, ਇੰਨੇ ਲੱਖ, ਇੰਨੇ ਹਜ਼ਾਰ ਕਰੋੜ ਇਹ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਦੇਈਏ ਅਤੇ ਉਦੋਂ ਬਾਅਦ ਇਹ ਜਿਹੜੀਆਂ ਵੋਟਾਂ ਆਉਂਦੀਆਂ ਨੇ ਉਹਦੇ ਵਿੱਚ ਇਸਤੇਮਾਲ ਪੈਸਾ ਕਰ ਦੇਈਏ। ਸ਼੍ਰੋਮਣੀ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ, ਪਰ ਅਰੁਣ ਕੇਸਰੀਵਾਲ ਦੀ ਮੈਂ ਫ੍ਰੈਗਜਲੀ ਸਮਝਦਾ ਕਿ ਨਾ ਉਹ ਸਿੱਖ ਧਰਮ ਦੇ ਨਾਲ ਲੈਟਡ ਹੈ, ਪਰ ਪੰਜਾਬ ਸਰਕਾਰ, ਪੰਜਾਬ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ, ਸਿੱਖਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਅਰਦਾਸਾਂ ਕੀਤੀਆਂ ਕਈ, ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬੇਵਾ ਸੁਭਾਅ ਦਾ ਦਾਨ ਬਖਸ਼ੋ ਮਹਾਰਾਜ ਜੀ, ਪਰ ਜੇ ਉਹ ਬਖਸ਼ਿਆ ਆ ਤੇ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਆਪਣਾ ਫਾਇਦਾ ਲੈਣ ਵਾਸਤੇ ਵੋਟਾਂ ਦੀ ਖਾਤਰ, ਬਿਲਕੁਲ ਫਲਾਣੀ ਖਾਤਰ, ਢੀਂਗੜੀ ਖਾਤਰ, ਇਹ ਕਦੀ ਕਿਤੇ ਮੀਟਿੰਗ ਕਰ ਲੈਂਦਾ, ਕਦੀ ਕਿਤੇ 70,000 ਰੁਪਇਆ ਮੀਟਿੰਗ ਦਾ ਲੱਗਦਾ ਇੱਕ ਦਿਨ ਦਾ, ਜਿੱਦਣ ਇਹ ਮੀਟਿੰਗ ਕਰਦੇ ਆ ਤੇ ਕਿੰਨੀਆਂ ਮੀਟਿੰਗਾਂ ਅੱਜ ਤੱਕ ਕਰ ਸਕੇ ਆ। ਲੇਕਿਨ ਜਥੇਦਾਰ ਜੀ, ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਇਹ ਅਨਾਊਂਸਮੈਂਟ ਹੋਈ ਦਿੱਲੀ ਸਰਕਾਰ ਵੱਲੋਂ, ਤਾਂ ਸਿੱਖਾਂ ਦੇ ਦਿਲਾਂ ਦੇ ਵਿੱਚ, ਖਾਸ ਕਰਕੇ ਸਿੱਖ ਸਮੁਦਾਇ ਦੇ ਵਿੱਚ ਕੇਜਰੀਵਾਲ ਲਈ ਜੋ ਪਿਆਰ ਦੀ ਭਾਵਨਾ ਸੀ ਉਹ ਵੱਧ ਗਈ ਹੈ। ਉਹਨੇ ਮਹਾਰਾਜ ਜੀ ਸਿੱਖਾਂ ਦੀ ਜਿਹੜੀ ਭਾਵਨਾ ਨਫ਼ਰਤ ਦੀ ਸੀ ਉਹਨੇ ਖੁਸ਼ੀ 'ਚ ਬਦਲਤੀ। ਬਿਲਕੁਲ, ਜਿਹੜਾ ਗਰੀਬ ਸਿੱਖ ਜਿਹਦੇ ਕੋਲ 20 ਪੈਸੇ ਨਹੀਂ ਆ, $20 ਕਿੱਥੋਂ ਦੇਗਾ, 1500 ਰੁਪਇਆ ਜਿਹਦੀ 200 ਰੁਪਇਆ 300 ਰੁਪਇਆ ਦਿਹਾੜੀ ਏ, ਉਹਨੇ ਵੀ ਦਰਸ਼ਨ ਕਰਨ ਜਾਣਾ ਆ, ਪਰ ਉਹ ਕਿੱਥੋਂ ਦੇਗਾ, 7-8 ਦਿਹਾੜੀਆਂ ਲਾਏਗਾ ਤੇ ਫੇਰ ਗੁਰੂ ਦੇ ਦਰਸ਼ਨ ਕਰਕੇ ਆਏਗਾ ਆਪਣੇ ਗੁਰੂ ਨਾਨਕ ਦੇਵ ਜੀ ਜਿੱਥੇ ਉਹਨਾਂ ਨੇ ਆਪਣੇ ਕਿੰਨੇ ਸਾਲ ਗੁਜ਼ਾਰੇ। ਮੈਂ ਸੋਚਦਾ ਵੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦੇਣੀ ਚਾਹੀਦੀ ਹੈ ਤੇ ਸਿੱਖ ਕੌਮ ਨੂੰ, ਸਾਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਵਧਾਈ ਦੇਣੀ ਚਾਹੀਦੀ ਹੈ। ਥੈਂਕ ਯੂ ਇਸ ਦਾ। ਹਾਂਜੀ ਭਾਈ, ਖਾਲਸਾ ਭਾਈ ਫਤਿਹ ਜੀ। ਬਿਲਕੁਲ ਜੀ ਬਿਲਕੁਲ, ਇਹਨਾਂ ਨੇ ਆਖਿਰ ਵਿੱਚ ਇਹ ਗੱਲ ਆ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਐਡਾ ਵੱਡਾ, ਐਡੀ ਵੱਡੀ ਅਨਾਊਂਸਮੈਂਟ ਕੀਤੀ ਆ, ਔਰ ਸਿੱਖਾਂ, ਸਿੱਖ ਬਰਾਦਰੀ ਔਰ ਸਿੱਖਾਂ ਭੈਣਾਂ ਭਰਾਵਾਂ ਦੇ ਦਿਲਾਂ ਵਿੱਚ ਆਪਣਾ ਉਹਨੇ ਸਥਾਨ ਬਣਾਇਆ ਹੈ। ਲੇਕਿਨ ਜੇ ਉਹਨੇ ਸਥਾਨ ਬਣਾ ਲਿਆ ਤਾਂ ਪੰਜਾਬ ਦੀ ਸਰਕਾਰ ਨੇ ਅਜੇ ਤੱਕ ਅਜਿਹੀ ਅਨਾਊਂਸਮੈਂਟ ਕਿਉਂ ਨਹੀਂ ਕੀਤੀ? ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।